ਵਾਅਦਾ ਕੀਤਾ ਸੀ, ਅਰਵਿੰਦ ਕੇਜਰੀਵਾਲ ਜੀ ਨਾਲ ਹੁੰਦੇ ਸੀ, ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ। ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ, ਲੈ ਐਵੇਂ ਮਰ ਜਾਂਦੇ ਆ, ਪੈਸੇ ਕਿੱਥੋਂ ਆਉਣਗੇ। ਆਉਣ ਸਾਰ ਮਾਰਚ ਦੇ ਵਿੱਚ ਆਪਾਂ ਸਹੁੰ ਚੁੱਕੀ, 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫਰੀ, 600 ਯੂਨਿਟ ਟੋਟਲ ਫਰੀ, 2 ਮਹੀਨਿਆਂ ਦਾ ਬਿੱਲ ਆਉਂਦਾ ਹੈ। ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ, ਪੈਸੇ ਵੀ ਹੈਗੇ, ਬਿਜਲੀ ਬੋਲ ਨੂੰ ਵੀ ਘਾਟਾ ਨਹੀਂ ਪੈਣ ਦਿੱਤਾ ਅਤੇ ਲੋਕਾਂ ਨੂੰ ਵੀ ਬਿੱਲ ਨਹੀਂ ਆਇਆ। ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ ਤਾਂ ਬਣ ਸਕਦੀ ਹੈ। ਤਾਂ ਅੱਜ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਦੀਆਂ ਨੇ, ਇਹ ਕੈਸੇ ਕੀ ਆ? ਮੈਂ ਕਿਹਾ ਆ ਜਾਓ ਕਦੇ ਸਮਝਾ ਦਾਂਗੇ ਕੈਸੇ ਕੀ ਆ, ਨੀਅਤ ਚਾਹੀਦੀ ਹੈ ਬਸ। ਫਿਰ ਖੇਤਾਂ ਵਾਲੀ ਬਿਜਲੀ 8 ਘੰਟੇ ਆਉਂਦੀ ਸੀ, ਉਹ ਵੀ ਟੁੱਟਵੀਂ, 2 ਘੰਟੇ ਆ ਗਈ, ਘੰਟੇ ਦਾ ਕੱਟ। ਫਿਰ 1.5 ਘੰਟਾ ਆ ਗਈ, ਘੰਟੇ ਦਾ ਕੱਟ। ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ, ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਹੋਏ 8 ਘੰਟਿਆਂ 'ਚ ਝੋਨਾ, ਜੀਰੀ ਕਹਿ ਦਿੰਦੇ ਸਾਡੇ ਇਲਾਕੇ 'ਚ, ਵੀ ਉਹਨੂੰ ਪਾਣੀ ਲੱਗ ਜਾਂਦਾ, ਇਹ ਤੁਹਾਨੂੰ ਕਿਵੇਂ ਬਣਾਤਾ ਰੂਲ? ਕਹਿੰਦੇ ਜੀ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਸੀ, ਉਸਮੇ ਫੈਸਲਾ ਕੀਆ ਗਿਆ। ਮੈਂ ਕਿਹਾ ਕਦੇ ਨਾਕਾ ਲੈਵਲ 'ਤੇ ਮੀਟਿੰਗ ਹੋਈ ਹੈ? ਕਹਿੰਦੇ ਜੀ ਇਹ ਕਿਆ ਹੋਤਾ ਹੈ ਨਾਕਾ ਲੈਵਲ? ਮੈਂ ਕਿਹਾ ਨਾਕਾ ਨਹੀਂ ਨੱਕਾ। ਕਹਿੰਦੇ ਜੀ ਨਾਕਾ ਕਿਆ ਹੋਤਾ ਸਰ? ਮੈਂ ਕਿਹਾ ਨੱਕਾ ਹੁੰਦਾ ਜਦੋਂ ਖਾਲ ਚੋਂ ਕਿਆਰੇ ਨੂੰ ਪਾਣੀ ਜਾਂਦਾ, ਜਿਹੜਾ ਮੂਹਰੇ ਲੱਗਦਾ ਉਹਨੂੰ ਨੱਕਾ ਕਹਿੰਦੇ ਆ। ਮੈਂ ਕਦੇ ਉੱਥੇ ਬੈਠ ਕੇ ਮੀਟਿੰਗ ਕੀਤੀ ਹੈ? ਕਹਿੰਦੇ ਨਹੀਂ। ਮੈਂ ਕੋਈ ਗੱਲ ਨਹੀਂ, ਤੁਹਾਨੂੰ ਕਦੇ ਨੱਕੇ 'ਤੇ ਵੀ ਲੈ ਕੇ ਜਾਵਾਂਗੇ। ਮੈਂ ਕਿਹਾ ਤੁਸੀਂ ਚੁੱਪ ਕਰਕੇ ਬਿਜਲੀ 12 ਘੰਟੇ ਦੇ ਦਿਓ ਲਗਾਤਾਰ, ਕੋਈ ਨਹੀਂ ਕੱਟ ਨਹੀਂ ਲਾਉਣਾ ਵਿੱਚ, ਨਹੀਂ ਤਾਂ ਖਾਲ ਮਰ ਜੂਗਾ, ਫਿਰ ਉਸੇ ਕਿਆਰੇ 'ਚ ਛੱਡਣਾ ਪਊਗਾ, ਫਿਰ ਉਸੇ ਕਿਆਰੇ 'ਚ। ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਆਪਦੀਆਂ ਪੱਟਾਂ ਤੋੜ ਲਏ ਵੀ ਬਿਜਲੀ ਹੈਗੀ ਹੈ, ਪਾਣੀ ਲਾਈ ਜਾਂਦੇ ਹਾਂ। ਜਦੋਂ ਉਹਨੂੰ ਇਹ ਪਤਾ ਲੱਗਿਆ ਕੱਲ੍ਹ ਨੂੰ ਵੀ ਇੰਨੀ ਆਊਗੀ, ਉਹ 8 ਨਹੀਂ ਤਾਂ 9 ਨਹੀਂ ਤਾਂ 9.5 ਘੰਟਿਆਂ 'ਚ ਬੰਦ ਕਰ ਦੂਗਾ। ਉਹ ਲੋਕ ਮੋਟਰਾਂ ਬੰਦ ਕਰਨ ਲੱਗ ਗਏ। ਮੈਂ ਇੱਧਰੋਂ ਕਹਿਤਾ ਕਿ ਮੇਰਾ ਵਾਅਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ। ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਹਿਤਾ, ਅਤੇ ਅੱਜ ਹੁੰਦਾ ਜਾਂ ਨਹੀਂ ਹੁੰਦਾ? ਇਹ ਮੋਟਰ ਬੰਦ ਕਰਕੇ ਝੋਨੇ ਲੱਗ ਰਹੇ ਨੇ ਨਾ, ਅਤੇ ਨਾਲੇ ਬਿਜਲੀ ਦਿਨੇ ਆ ਰਹੀ ਹੈ ਨਾ। ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ, ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲਾਉਂਦੇ ਹਾਂ ਵੀ ਰਾਤ ਦੇ 2 ਵਜੇ ਬਿਜਲੀ ਆਊ? ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ ਸੌਂ ਸਕਦਾ। ਦਿਨੇ ਬਿਜਲੀ ਆਉਂਦੀ ਹੈ, ਆਮ ਬਿਜਲੀ ਆਉਂਦੀ। ਥਰਮਲ ਪਲਾਂਟ ਖਰੀਦ ਲਿਆ ਜੀ ਸ਼੍ਰੀ ਗੋਬਿੰਦ ਸਾਹਿਬ ਦਾ, 540 ਮੈਗਾਵਾਟ, ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ, ਆਪਾਂ ਖਰੀਦਦੇ ਹਾਂ। ਇਹ ਨੀਅਤ ਦਾ ਫਰਕ ਹੈ ਜੀ। ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ, ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਕੰਮ ਦੇਖ ਲਓ। ਇਸ ਗੱਲ 'ਤੇ ਮਾਣ ਮਹਿਸੂਸ ਕਰ ਸਕਦੇ। ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਅਤੇ ਬਾਅਦ 'ਚ ਵਾਧੇ 'ਚ ਕਰ ਲਿਆ, ਉਹ ਕੋਲਾ ਆਪਣੇ ਕੋਲ ਆਮ ਹੋ ਗਿਆ।